ਅੱਛਾ, ਦੁਲਚੀ ਮਾਜਰੇ 'ਚ ਆਪਣਾ ਪਰਿਵਾਰ ਇੱਥੇ ਰੋਪੜ 'ਚ ਰਹਿੰਦੇ ਸੀਗੇ, ਤਾਂ ਨੂਰ ਮੁਹੰਮਦ ਜੀ ਆਪਣਾ ਕੀ ਹੈ, ਗੋਤ ਕੀ ਹੈ, ਕੀ ਆਪਣੇ ਕੀ ਬਰਾਦਰੀ ਕਿਆ? ਬਰਾਦਰੀ ਪਠਾਣ ਮੁਸਲਮਾਨ ਹੈ, ਤੇਲੀ ਜਾਤ ਹੈ, ਉਹ ਆਪਣਾ ਪੁੱਟੇ ਸਾਰਾ ਗੋਤ ਪੁੱਟੇ, ਹਾਂ ਗੋਤ ਤਿੰਨ, ਪਹਿਲਾਂ ਪੰਜ ਰੱਖਦੇ ਹੁੰਦੇ ਅਤੇ ਅੱਜ ਕੱਲ੍ਹ ਤਾਂ ਤਿੰਨ ਕੁ ਰੱਖਦੇ। ਅੱਛਾ, ਫਿਰ ਤੁਹਾਡੇ ਇੱਥੇ ਕੋਹਲੂ ਚੱਲਦੇ ਸੀਗੇ? ਹਾਂ, ਕੋਹਲੂ ਦੋ ਤੇ ਜੀ ਸਾਡੇ ਬਜ਼ੁਰਗਾਂ ਦੇ। ਅੱਛਾ, ਤੁਸੀਂ ਦੇਖੇ ਚੱਲਦੇ? ਅਸੀਂ ਚੱਲਦੇ ਕਿਆ, ਅਸੀਂ ਚਲਾਏ ਹਾਂ ਜੀ। ਕਿੱਦਾਂ ਚਲਾਉਂਦੇ ਸੀਗੇ? ਬਹੁਤ ਹੁੰਦਾ, ਕੋਹਲੂ ਆਲੇ ਦੁਆਲੇ ਪੈਰ ਹੁੰਦੀ ਸੀ, ਜਿੱਕਣ ਕੰਨਾ ਬਲਦਾਂ ਗੱਲ ਕਰਨਾ ਪੀੜਦੇ ਹੁੰਦੇ ਤੇ ਪਹਿਲਾਂ, ਅੱਛਾ, ਖੂਹ ਚੱਲਦੇ ਹੁੰਦੇ ਤੇ ਹੰਟ ਦੇਖੇ ਹੋਣੇ, ਹਾਂਜੀ ਹਾਂਜੀ ਹਾਂਜੀ, ਉਸ ਰੰਗ ਗੇੜੇ ਕੱਢਦਾ ਹੁੰਦਾ ਤਾਂ ਬਹੁਤ ਹੁੰਦਾ ਸੀ। ਦੁਲਚੀ ਮਾਜਰੇ ਤੁਹਾਡਾ ਕੋਹਲੂ ਪੁਰਾਣੇ ਮਕਾਨ ਪਰ ਜਿੱਥੇ ਬੀਰੂ ਦਾ ਪੁਰਾਣੇ ਮਕਾਨ ਚ ਹੁੰਦਾ ਸੀਗਾ, ਪੁਰਾਣੇ ਵਿੱਚ ਦੋ ਕੋਹਲੂ ਚੱਲਦੇ ਸੀਗੇ, ਦੋ ਤੇ ਚਾਰ ਸਾਲ, ਦੋਹੇ ਤੁਹਾਡੇ ਸੀਗੇ? ਦੋਹੇ ਸਾਡੇ ਸੀ। ਆਲੇ ਦੁਆਲੇ ਪਿੰਡਾਂ ਦੇ ਲੋਕ ਕਿੱਥੋਂ ਦੀ ਲੈ ਤੇਲ ਆਉਂਦੇ ਸੀਗੇ ਤੁਹਾਡੇ ਤੋਂ? ਪਿੰਡਾਂ ਦੇ ਸਾਰੇ ਪਿੰਡਾਂ ਦਾ ਬਾਗ ਮਰੰਡੇ ਥਾਈ, ਉੱਧਰ ਰੋਪੜ ਥਾਈ, ਇੱਧਰ ਕਰਾਲੀ ਥਾਈ, ਚਮਕੌਰ ਥਾਈ ਆਉਂਦੇ ਹੁੰਦੇ ਸੀ। ਅੱਛਾ, ਚਮਕੌਰ ਥਾਈ ਆਉਂਦੇ ਸੀਗੇ? ਹਾਂ, ਫਿਰ ਕੋਹਲੂ ਦੋ ਤਾਂ ਹੋ ਗਏ ਅਤੇ ਸਤਾਏ ਦੇ ਮੁੰਡੇ ਅਤੇ ਜਿਹੜੇ ਪਾਕਿਸਤਾਨ ਗਏ ਆ ਉਹਨਾਂ ਦਾ ਕੋਹਲੂ ਸਾਡੇ ਪਾ ਆ ਗਿਆ ਤਾਂ ਫਿਰ। ਅੱਛਾ, ਉਹ ਪਾਕਿਸਤਾਨ ਚਲੇ ਗਏ ਤੁਹਾਡੇ ਕੋਲ? ਫਿਰ ਸੰਨ 47 ਤੋਂ ਬਾਅਦ ਦੋ ਹੋ ਗਏ ਅਤੇ ਪਹਿਲਾਂ ਇੱਕ ਤਾਂ ਇੱਕ ਉਹਨਾਂ ਦਾ ਅਤੇ ਇੱਕ ਸਾਡਾ। ਅੱਛਾ, ਫਿਰ ਦੋ ਕੋਹਲੂ ਤਾਂ ਹੋ ਗਏ। ਉਹਨਾਂ ਨੇ ਕਿਹਾ ਨਹੀਂ ਕਦੀ ਵੀ ਕੋਹਲੂ ਸਾਡਾ ਤੁਸੀਂ ਲੈ ਲਿਆ? ਨਹੀਂ ਨਹੀਂ, ਕਦੇ ਨਹੀਂ ਕਿਹਾ, ਛੱਡ ਕੇ ਚਲੇ ਗਏ, ਉਹ ਤਾਂ ਅਮੀਰ ਆਦਮੀ ਅਤੇ ਮੋਟੇ। ਅੱਛਾ, ਬਸ ਸਮਾਨ ਕਿਸੇ ਨੂੰ 10 ਰੁਪਏ ਨੂੰ ਟਰੰਕ ਉਹ ਸੰਦੂਕ ਵੇਚਿਆ ਤਾਂ ਉਹਨਾਂ ਨੇ। ਅੱਛਾ, ਉਹਦੇ ਖੂੰਜੇ ਵਿੱਚ ਕਿਤੇ 100 ਦਾ ਨੋਟ ਪਿਆ ਤਾਂ। ਅੱਛਾ, ਖਰੀਦਣ ਵਾਲੇ ਨੇ ਸਾਮਾਂ ਲਿਆ ਕੇ ਫਿਰ ਉਹ 100 ਦਾ ਨੋਟ ਮੋੜਿਆ ਉਹਨੂੰ, ਕਹਿੰਦਾ ਤਾਂ 10 ਨੂੰ ਸੰਦੂਕ ਵੇਚਿਆ, 100 ਦਾ ਨੋਟ ਹੈ ਵਿੱਚ। ਇੱਦਾਂ ਹੋਇਆ? ਇੱਦਾਂ, ਇੰਨੀ ਇਮਾਨਦਾਰੀ ਸੀ ਲੋਕਾਂ 'ਚ, ਇੰਨੀ ਇਮਾਨਦਾਰੀ ਸੀ ਉਸ ਸਮੇਂ, ਹੁਣ ਨਹੀਂ ਹੈ। ਉਹ 100 ਦਾ ਨੋਟ ਵਿੱਚ ਵਾਪਸ ਕਰਤਾ ਉਹਨੇ? ਵਾਪਸ ਕਰਿਆ, ਥਾ ਵੀ ਜਾਤ ਦਾ ਨਾਈ। ਅੱਛਾ, ਜਿਹਨੇ ਬਹੁਤ ਚਲਾਕ, ਜਿਹਨੇ ਵਾਪਸ ਕਰਿਆ, ਨਹੀਂ ਕੌਣ ਛੱਡਦਾ। ਨਾਂ ਕੀ ਸੀ ਉਹ ਨਾਈ ਦਾ? ਨਾਈ ਦਾ ਨਰਾਤਾ ਰਾਮ। ਅੱਛਾ, ਨਰਾਤਾ ਰਾਮ ਨੇ 47 ਵੇਲੇ ਉਹ ਵਾਪਸ ਕਰਤਾ ਹੈ? ਹਾਂ, 100 ਦਾ ਨੋਟ ਵਾਪਸ ਕਰਕੇ ਗਿਆ ਸਾਡੇ ਤਾਏ ਦੇ ਮੁੰਡੇ ਨੂੰ। ਤਾਏ ਦਾ ਮੁੰਡਾ ਇੱਥੇ ਤਾਂ ਜਦ? ਹਾਂ, ਉਹੀ ਆਪਣਾ ਸਮਾਨ ਵੇਚ ਕੇ ਗਏ ਜੀ, ਆਪਣਾ ਸਭ ਕੁਛ। ਅੱਛਾ, ਸਿਰਫ ਮਕਾਨ ਛੱਡ ਗਏ ਅਤੇ ਡੰਗਰ ਬੱਚਾ ਸਮਾਨ ਪੀੜੀਆਂ ਮਿੰਜੇ ਸਭ ਕੁਛ ਵੇਚ ਗਏ ਤੁਹਾਡੇ ਸਾਹਮਣੇ ਵਿੱਚ? ਸਾਡੇ ਸਾਹਮਣੇ ਸਾਨੂੰ ਸੁਣ, ਤੁਹਾਨੂੰ ਵੀ ਕਹਿੰਦੇ ਰਹੇ ਵੀ ਚਲੋ ਚੱਲੀਏ? ਹਾਂ, ਕਿਹਾ ਤਾਂ ਪਰ ਬਜ਼ੁਰਗ ਨੇ ਜਵਾਬ ਦੇ ਦਿੱਤਾ। ਬਜ਼ੁਰਗ ਨੇ ਜਵਾਬ ਦੇ ਦਿੱਤਾ। ਜਦ ਫਿਰ ਉਹ ਗਏ, ਜਦ ਤਾਂ ਫਿਰ ਬਹੁਤ ਚੀਕ ਚਿਘਾੜਾ ਪਿਆ ਹੋਣਾ ਵੀ ਚੱਲੇ। ਹਾਂ, ਕਿੱਧਰ ਨੂੰ ਗਏ ਉਹ, ਕਿਸ ਤਰ੍ਹਾਂ ਗਏ ਉਹ? ਆਪਣਾ ਟਰੱਕ ਕਰ ਦਿੱਤੇ ਲੈ ਗਏ ਤੇ। ਅੱਛਾ, ਸਿੱਧਾ ਗੁੰਜਾਇਸ਼ ਵਿੱਚ ਤੇ। ਅੱਛਾ, ਆਪਣੇ ਇੱਕ ਦੋ ਰਿਸ਼ਤੇਦਾਰਾਂ ਨੂੰ। ਅੱਛਾ, ਆਪ ਆਪਣਾ ਟਰੱਕ ਕਰਕੇ ਜਦੋਂ ਬਾਰਡਰ ਪਾਸ ਕਰ ਗਏ। ਅੱਛਾ, ਕੋਹਲੂ ਤੁਹਾਡੇ ਕੋਲ ਆ ਗਏ, ਦੋ ਕੋਹਲੂ ਹੋ ਗਏ, ਫਿਰ ਕਿੰਨੀ ਦੇਰ ਤੱਕ ਚੱਲਦੇ ਰਹੇ ਦੋਹੇ ਕੋਹਲੂ ਤੁਹਾਡੇ? ਕੋਹਲੂ ਮੇਰਾ ਖਿਆਲ ਹੈ, ਵੀਰੂ ਸੋਝੀ ਤੈਨੂੰ? ਤੁਹਾਨੂੰ ਵੀ ਸੋਝੀ ਹੈ? ਅੱਛਾ, 65 ਤੱਕ ਮੇਰਾ ਖਿਆਲ ਹੈ ਕੋਹਲੂ ਛੱਡੇ, 70 ਤੱਕ ਚੱਲਦੇ ਰਹੇ। 70 ਤੱਕ ਬਹੁਤ ਐਡਾ ਬੜਾ ਹੁੰਦਾ ਤਾਂ ਬਹੁਤ ਗੇੜ। ਜਣੀ ਪੱਟਿਆ ਵਾ, ਉਹ ਖੇੜਿਆ ਵਾ ਮੇਰੇ ਬਾਰ ਮੂਹਰੇ, ਮੈਨੂੰ ਔਰ ਮੇਰੇ ਛੋਟੇ ਬਰਾਦਰ ਨੂੰ ਦੇ ਦਿੱਤਾ ਤਾ ਇੱਕ ਲੱਕੜੀ ਦੇ ਤੌਰ ਤੇ ਬਜ਼ੁਰਗ ਨੇ ਨਾ ਉਹ ਛੋਟਾ ਬਰਾਦਰ ਪੜੇ, ਨਾ ਮੈਂ ਤਾਂ ਫੌਜ ਮਾਤਾ, ਨਾ ਮੈਂ ਪੜਾ।
ਉਹ ਪਿਆ ਰਿਹਾ ਇਸੇ ਤਰ੍ਹਾਂ ਗੱਲ ਗੁਣ ਤੇਲ ਤਾਂ ਮੇਰਾ ਹੀ ਤੇਲ ਸਰੀ ਨਹੀਂ ਹੁੰਦੇ ਤੇਲ। ਅੱਛਾ ਹੁਣ ਉਹ ਤੇਲ ਜਿਹੜਾ ਸੀਗਾ ਆਪਣੀ ਸਰੋਂ ਸਰੋਂ ਕਿੱਥੋਂ ਆਉਂਦੀ ਸੀਗੀ? ਸਰੋਂ ਪਿੰਡਾਂ ਵਿੱਚੋਂ ਖਰੀਦ ਕੇ, ਪਿੰਡਾਂ ਵਿੱਚੋਂ ਖੁਦ ਖਰੀਦ ਕੇ ਲਿਆਉਂਦੇ ਸੀਗੇ, ਬਜ਼ੁਰਗ ਖਰੀਦ ਕੇ ਲਿਆਉਂਦੇ ਲੋਕ ਆਪਣੀ ਸਰੋਂ ਵੀ ਲੈ ਕੇ ਆਉਂਦੇ ਸੀਗੇ ਵੀ ਸਾਡੀ ਕੱਢ ਦਿਓ। ਹਾਂ ਹਾਂ ਕੱਢ ਦਿਓ, ਡੈਡ ਲੈ ਕੇ ਆਉਂਦੇ ਤੇ ਅਲਸੀ ਦਾ, ਤਿਲਾਂ ਦਾ, ਸਰੋਂ ਦਾ ਤੇਲ ਵੀ, ਖਾਲ ਵੀ। ਅਤੇ ਇਲਾਕੇ 'ਚ ਇਹ ਜਿਹੜਾ ਤੁਹਾਡਾ ਕੋਹਲੂ ਸਾਹਿਬ ਕਿਸ ਨਾਂ ਨਾਲ ਵੱਜਦਾ ਸੀਗਾ? ਕੋਹਲੂ ਤਾਂ ਉਹ ਆਪਣੇ ਕੋਹਲੂ ਦੇ ਨਾਂ 'ਤੇ ਵੱਜਦਾ, ਕੋਈ ਕਹਿੰਦੇ ਤਾਂ ਹੁਣ ਵੀ ਖਾਨ ਦਾ ਕੋਹਲੂ ਹੈ, ਕਿਹਦਾ ਕੋਹਲੂ? ਤੇਲੀਆਂ ਦੇ ਚਲੋ ਬੁਰਕੀ ਮਾਜਰੇ ਜਾਂ ਬਜ਼ੁਰਗ ਦੇ ਕਹਿ ਦਿੰਦੇ ਅਤੇ ਮੁੱਲਾਂ ਕਹਿੰਦੇ ਹੁੰਦੇ ਅਤੇ ਸਾਡੇ ਬਜ਼ੁਰਗ ਜ਼ਿਆਦਾ ਖਾਸ ਕਰ ਮੁੱਲਾਂ ਕਹਿੰਦੇ ਹੁੰਦੇ ਤੇ ਬਾਹਰ ਮੁੱਲਾਂ ਦਾ ਕੋਹਲੂ। ਹਾਂ ਆਪਣੇ ਪਿੰਡਾਂ ਦੇ ਜ਼ਿਮੀਂਦਾਰ ਲੋਕ ਜਾਂ ਹੋਰ ਮਾਪੀ ਮੁੱਲਾਂ ਕਿਆ ਹਾਲ ਹੈ ਮੁੱਲਾਂ ਕਹਿੰਦੇ ਹੁੰਦੇ। ਹਾਂ ਕੋਹਲੂ ਦਾ ਖਰਚਾ ਯਾਦ ਹੈ, 15 ਕਿਲੋ ਦਾ ਸਮਾਨ ਪੈਂਦਾ ਹੁੰਦਾ ਤਾ। ਅੱਛਾ 15 ਕਿਲੋ ਦਾ ਨਹੀਂ, 15 ਸੇਰ ਦਾ ਪੈਂਦਾ, 15 ਸੇਰ ਦਾ ਪੈਂਦਾ ਹੁੰਦਾ ਤਾ ਕੱਚੇ ਦਾ। ਅੱਛਾ 8 ਕਿਲੋ ਦਾ। ਅੱਛਾ ਉਹਦਾ 8 ਕਾਨੇ ਨਿਕਲਵਾਈ ਸੀ ਉਹਦੀ ਸਾਰੀ ਪੜ੍ਹਾਈ ਦੀ। ਅੱਛਾ ਜ਼ਿਮੀਂਦਾਰ ਕੋਈ ਦਰਦ ਦੁਰਦ ਨਿਕਲਾਉਣ ਵਾਲਾ ਕੋਲ ਬੈਠ ਜਾਂਦਾ ਤਾ, 2-4 ਕਿਲੋ ਗੁੜ ਪਾ ਦਿੰਦਾ ਤਾ ਡੰਗਰਾਂ ਨੂੰ ਪਾਉਣੇ ਵਾਲਾ, ਵਿੱਚੇ ਪੀ ਹੋ ਜਾਂਦਾ ਤਾ ਉਹਦੀ ਕੋਹਲੂ ਦੇ, ਉਹ ਲੱਠ ਦਾ ਰਗੜ ਹੋ ਜਾਂਦਾ ਤਾ। ਫਿਰ ਤੇਲ ਵੀ ਇਹੀ ਤਾ, ਰੁਪਈਆ 12 ਆਨੇ ਦੀ ਬੋਤਲ ਹੁੰਦੀ ਸੀ ਆ ਤੇਲ ਦੀ, ਸਰੋਂ ਦੀ ਆ ਜਿਹੜੀ ਆਪਣੀ ਕੰਚ ਦੀ ਬੋਤਲ ਆ 750 ਗ੍ਰਾਮ ਦੀ, 12 ਆਨੇ ਦੀ ਸਿਰਫ, ਸਿਰਫ 12 ਆਨੇ ਦੀ। ਹੁਣ ਮੇਰਾ ਖਿਆਲ ਹੈ 125 ਰੁਪਈਏ ਦੀ, 130-135-150 ਤੱਕ ਵੀ ਹੈ। ਨਾਲੇ ਉਹ ਤੇਲ ਨਹੀਂ ਹੈ, ਉਹ ਚੀਜ਼ ਨਹੀਂ ਹੈ, ਉਹ ਤੇਲ ਨਹੀਂ ਹੈ ਗੱਲ ਤੇ। ਕਿਆ ਫਰਕ ਸੀ ਉਸ ਤੇਲ 'ਚ ਤੁਹਾਡੇ ਮੁਤਾਬਿਕ? ਉਹ ਤਾਂ ਜਿਉਂ ਜਿਉਂ ਪੁਰਾਣਾ ਹੁੰਦਾ ਜਾਊਗਾ ਜਿਉਂ ਜਿਉਂ ਚੰਗਾ ਹੁੰਦਾ ਜਾਂਦਾ ਤਾ। ਅੱਛਾ ਪਿਓਰ ਸਾ, ਵਿਗੜਦਾ ਨਹੀਂ ਸਾ। ਹੁਣ ਵਾਲੇ ਤਾਂ ਓਵਰਡੇਟ ਹੋ ਜਾਂਦੇ, ਦਿੱਤਾਂ ਲਿਖੀਆਂ ਗਈਆਂ ਹੁਣ ਵਾਲਿਆਂ ਨੇ। ਜਿਹੜੇ ਤੁਹਾਡੇ ਭਾਈ ਪਾਕਿਸਤਾਨ ਚਲ ਗਏ, ਨਾਂ ਕੀ ਦੱਸਿਆ ਸੀ ਉਹਨਾਂ ਦਾ ਤੁਸੀਂ? ਮੈਂ ਰੋਸ਼ਨ, ਰੋਸ਼ਨ ਤਾਂ ਇੱਥੇ ਮਰ ਗਿਆ ਸੀ ਨਾ, ਤੇਲੂ ਮੁਨਸੀ ਸਾਦੀ। ਉਹਨਾਂ ਨੇ ਕੋਹਲੂ ਉੱਥੇ ਵੀ ਚਲਾਇਆ ਕਿ ਨਹੀਂ? ਨਹੀਂ ਉੱਥੇ ਨਹੀਂ ਚਲਾਇਆ, ਉੱਥੇ ਤਾਂ ਉਹਨਾਂ ਨੇ ਅਲਾਟ ਹੋਏ ਵੀ ਜ਼ਮੀਨ ਜਗ੍ਹਾ ਲੈ ਲਈ ਸੀ, ਆਰਟਸ ਦਾ ਦੁਕਾਨ ਅਲਾਟ ਹੋਣੇ ਵਿੱਚ ਮਿਲ ਗਈ, ਪੈਸਾ ਉਹ ਨਹੀਂ ਮਿਲ ਗਿਆ। ਠੀਕ ਹੈ, ਉੱਥੇ ਤਕੜੇ ਆ ਉਹ, ਉਹਨਾਂ ਦਾ ਪਰਿਵਾਰ ਤਕੜਾ, ਆਪਣਾ ਚਲੇ ਗਏ, ਲੰਘ ਗਏ ਪਰਮਾਤਮਾ ਪਾਸ ਨੂੰ, ਖੁਦਾ ਪਾਸ ਨੂੰ। ਉਹਨਾਂ ਦੇ ਬੱਚੇ ਪੋਤੇ ਪੜੋਤੇ ਦੋਤੇ ਦੋਤੀਆਂ, ਉਹ ਕੰਮ ਬੜਾ ਸੋਹਣਾ ਹੈ। ਸਭ ਠੀਕ ਹੈ, ਸਭ ਠੀਕ ਹੈ। ਚਲੋ ਇਹ ਵੀ ਠੀਕ ਹੈ, ਰਾਜੀ ਖੁਸ਼ੀ ਹੈ, ਤੁਹਾਡੇ ਸੰਪਰਕ ਦੇ ਵਿੱਚ ਪਰਿਵਾਰ ਹੈਗਾ ਉਹ। ਹਾਂਜੀ ਹਾਂ। ਅੱਛਾ ਇੱਕ ਇਹ ਜਿਹੜਾ ਕੋਹਲੂਆਂ ਦਾ ਕੰਮ ਸੀ ਤੁਹਾਡਾ, ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਦੱਸਿਓ, ਜਿਹੜਾ ਕਿੱਥੋਂ ਕਿੱਥੋਂ ਤੁਹਾਡੀਆਂ ਗਾਹਕ ਕਿੱਥੋਂ ਕਿੱਥੋਂ ਆਉਂਦੇ ਸੀ ਤੁਹਾਡੇ ਗਾਹਕ? ਪਿੰਡਾਂ ਦੇ ਨਾਂ ਦੱਸੋ ਸਾਰੇ ਪਿੰਡਾਂ ਦੇ ਨਾਂ। ਬੂਰ ਮਾਜਰਾ, ਸਾਲਾਪੁਰ, ਬਾਲ ਸੰਧਾ, ਆਪਣਾ ਸਿੰਘ, ਖਾਬੜਿਆ, ਆਪਣਾ ਸਿਉਂ ਮਾਜਰਾ, ਗੋਸਲਾ ਜੀ, ਇਸ ਤਰ੍ਹਾਂ ਦੇ ਸੋਤਲ ਤਨੌਰੀ, ਗਾਹਾਂ ਰੌਲੂ ਮਾਜਰਾ, ਰਸੂਲਪੁਰ, ਇਹੋ ਜਿਹੇ ਪਿੰਡ ਆਉਂਦੇ ਸੀ। ਜਾਣੀ ਪਿੰਡ ਚਾਰ ਪੰਜ ਕਿਲੋਮੀਟਰ ਆਲੇ ਦੁਆਲੇ ਪਿੰਡਾਂ ਦਾ ਚੱਕਰ ਸਰਕਲ ਆਉਂਦਾ ਹੁੰਦਾ। ਕੋਈ ਆਪਣੇ ਕੋਹਲੂ ਦਾ ਜਿਹੜਾ ਤੇਲ ਸੀ ਉਹਦੀ ਸਪਲਾਈ ਵੀ ਕਰਦੇ ਸੀ ਤੁਸੀਂ? ਸਪਲਾਈ ਹਾਂ, ਸਾਡਾ ਤਾਇਆ ਤਾਂ ਛੜਾ ਜਿਹੜਾ ਸਾਡੇ ਗਏ ਦਾ, ਅੱਛਾ ਬਜ਼ੁਰਗ ਦੇ, ਉਹ ਪਾਰੀ ਚਮੜੇ ਦੀ ਹੁੰਦੀ ਸੀ, ਅੱਛਾ
ਚਮੜੇ ਦੇ ਜਿਕਣ ਉਹ ਬਣੇ ਬਿਨਾਂ ਗਮ ਦੇ ਜੇ ਜਿਕਣ ਊਂਟਾਂ ਪਰ ਪਾਣੀ ਦੇਣੇ ਨੂੰ ਮਸ਼ਕ ਹੁੰਦੀ ਹੈ, ਮਸ਼ਕ ਹੁੰਦੀ ਹੈ ਉਦਣ ਬਹੁਤ ਉਹ ਬਹੁਤ ਮਜ਼ਬੂਤ ਹੁੰਦੇ ਤੇ। ਅੱਛਾ, ਉਹਨਾਂ ਵਿੱਚ ਤੇਲ ਪਾ ਕੇ ਐਂ ਚੱਕ ਕੇ ਹੱਥ ਵਿੱਚ ਜਾਂ ਸਿਰ ਪਰ ਰੱਖ ਲੈਣਾ, ਉਹ ਪਿੰਡਾਂ ਵਿੱਚ ਵੇਚ ਕੇ ਵੀ ਆਉਂਦਾ ਤਾ। ਅੱਛਾ, ਕਮਾਲ ਹੈ, ਇਹ ਆਮ ਚੱਲਦਾ ਸੀ ਪਿੰਡਾਂ ਦੇ ਵਿੱਚ? ਆਮ ਚੱਲਦਾ ਤਾ। ਮਸ਼ਕ ਭਰ ਕੇ ਲੈ ਜਾਣੀ ਹੈ? ਮਸ਼ਕ ਨਹੀਂ, ਉਹ ਬਾਲਟੀ ਮੰਗਣ, ਬਾਲਟੀ ਮੰਗਣ, ਡੋਲਾ ਪਟਾ ਪਾ ਕੇ ਪਿੱਠ ਪਰ ਲਾ ਕੇ ਫਿਰ ਵੇਚਦੇ ਸੀ ਪਿੰਡਾਂ 'ਚ ਜਾ ਕੇ? ਪਿੰਡਾਂ ਵਿੱਚ ਪੈਸੇ ਦਿੰਦੇ ਸੀ ਲੋਕ ਕੇ, ਕੋਈ ਦਾਣਾ ਪਾਣੀ ਦਿੰਦੇ ਸੀ, ਕਿਆ ਕਰਦੇ ਸੀ? ਪੈਸੇ ਨਗਦ 12 ਆਨੇ ਕਿਲੋ ਜਾਂ 10 ਆਨੇ ਕਿਲੋ ਜਾਂ ਰੁਪਈਆ ਕਿਲੋ ਕਿਸੇ ਨੂੰ, ਜਾਂ ਫਿਰ ਸਰੋਂ ਲਿਆਉਂਦੇ ਕਿਸੇ ਨੂੰ 5 ਕਿਲੋ ਦੀ ਲੋੜ ਆ ਤੇਲ ਦੀ, ਉਹਨਾਂ 'ਤੇ ਸਰੋਂ ਲਿਆਉਂਦੇ ਤੇ ਸਨ 52 ਵਿੱਚ 3 ਪੈਡਲ ਸਾਈਕਲ ਤੇ ਸਾਡੇ ਪਿੰਡ ਮਾ, ਤਿੰਨੇ ਹੈਂਡ ਪੰਪ ਤੇ। ਹੁਣ 3 ਮੋਟਰਾਂ ਮੇਰੇ ਕੋਲ ਖੜੀਆਂ, 2 ਹੈਂਡ ਪੰਪਾਂ ਦੇ ਪੈਪ ਪੱਟ ਕੇ ਟੰਗੇ ਵੀ ਆ ਛੱਤਾਂ ਪਰ। ਅੱਛਾ, ਮੇਰੇ ਪਾਸ 5 ਸਾਈਕਲ ਪੈਡਲ ਸਾਈਕਲ ਖੜੇ ਹੁਣ ਗਾਹਾਂ 'ਤੇ, ਗੱਡੀਆਂ ਵੀ ਖੜੀਆਂ, ਕਾਰਾਂ ਵੀ ਖੜੀਆਂ, 1 ਕਾਰ ਵੀ ਖੜੀ ਹੈ, 2 ਮੋਟਰਸਾਈਕਲ ਸਕੂਟਰ ਆ ਮੋਟਰਸਾਈਕਲ ਉੱਧਰ ਖੜਾ, 2 ਹੀ ਖੜੇ। ਪਰ ਫਿਰ ਵੀ ਦੇਖੋ ਜ਼ਮਾਨਾ ਉਹ ਵਧੀਆ ਸੀਗਾ ਕਿ ਇਹ ਵਧੀਆ ਸੀ? ਜ਼ਮਾਨਾ ਉਹ ਵਧੀਆ ਤਾ। ਅੱਛਾ, ਕਿਆ ਫਰਕ ਸੀਗਾ ਉਹਦੇ ਮੈਂ? ਜਿਹੜੇ ਹੀ ਰਾਸ਼ਨ ਪਾਣੀ ਤਾ, ਖਾਣਾ ਤਾ, ਜਾਂ ਡੰਗਰਾਂ ਦਾ ਤਾ, ਜਾਂ ਸਾੜਾ ਤਾ, ਪਿਓਰ ਸਾ, ਜਿਹੜਾ ਹੁਣ ਸਭ ਠੀਕ ਜਾਂਦਾ। ਅੱਛਾ,